ਦੋਸਤੋ ਇੱਥੇ ਲੋਕਡਾਊਨ ਹੋਇਆ ਹੋਇਆ, ਕਰਫਿਊ ਲੱਗਿਆ ਪੰਜਾਬ ਗਵਰਨਮੈਂਟ ਵੱਲੋਂ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਤੇ ਆਹ ਕੁਛ ਲੋਕ ਨੇ ਸੜਕ ਤੇ ਤੁਰ ਕੇ ਜਾ ਰਹੇ ਆ, ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਇਹ ਮੈਂ ਦਿਖਾ ਦਿੰਦਾ, ਤੋ ਇਹ ਸਾਰੇ ਲੋਕ ਜਿਹੜੇ ਨੇ ਤੁਰ ਕੇ ਜਾ ਰਹੇ, ਇਹਨਾਂ ਦਾ ਕਹਿਣਾ ਕਿ ਲਖਨਊ ਜਾ ਰਹੇ ਆ ਤੁਰ ਕੇ। ਆਪਾਂ ਕੁਛ ਲੋਕਾਂ ਨਾਲ ਗੱਲ ਕਰਾਂਗੇ ਕਿ ਇਹ ਕਿਉਂ ਤੁਰ ਕੇ ਜਾ ਰਹੇ ਆ, ਤੁਰ ਕੇ ਜਾਣ ਦੀ ਵਜ੍ਹਾ ਕੀ ਹੈ, ਰੁਕ ਵੀ ਸਕਦੇ ਸੀ ਜਾਂ ਕਿੱਦਾਂ ਦੀ ਇਹਨਾਂ ਦੀ ਪਲਾਨਿੰਗ ਹੈ। ਸਰ ਆਪਕਾ ਨਾਮ ਕਿਆ ਹੈ? ਤੋ ਜਾ ਰਹੇ ਹੈ ਤੋ ਆਪ ਰੁਕ ਵੀ ਤੋ ਸਕਤੇ ਥੇ, ਸਰਕਾਰ ਨੇ ਰੋਕਾ ਹੁਆ ਨਾ, ਕਿਆ ਜ਼ਰੂਰਤ? ਕੋਈ ਦਿਹਾੜੀ ਵਿਹਾੜੀ ਹੈ ਨਾ ਤੋ ਕਿਆ ਕਰੇ। ਅੱਛਾ, ਤੋ ਇਸ ਲਈ ਜਾ ਰਹੇ ਹੈ? ਤੋ ਆਪਕਾ ਗਾਓ ਹੈ ਵਹਾਂ ਪੇ? ਹਾਂਜੀ ਹਾਂ। ਤੋ ਤੁਰ ਕੇ ਪਹੁੰਚ ਜਾਏਂਗੇ? ਹਾਂਜੀ। ਅੱਛਾ, ਕਿਤਨੇ ਦਿਨ ਲਗੇਂਗੇ? 10-15 ਦਿਨ ਤੋ ਲੱਗ ਜਾਏਗਾ ਸਰ। 10-15 ਦਿਨ ਚਲੇ ਤੋ ਕਿਤਨੇ ਲੋਕ ਹੈ ਇਸਮੇ ਜੋ ਆਪ ਜਾ ਰਹੇ? 9 ਬੰਦੇ ਹੈ। 9 ਬੰਦੇ। ਆਪਾਂ ਕੁਛ ਅਗਲੇ ਵਾਲੇ ਲੋਕਾਂ ਨਾਲ ਗੱਲ ਕਰਦੇ ਆ। ਤੇ ਸਰ ਆਪ ਕਿੱਧਰ ਜਾ ਰਹੇ? ਲਖਨਊ। ਲਖਨਊ? ਲਖਨਊ ਕਿਉਂ ਜਾ ਰਹੇ ਆਪ? ਕਿਆ ਕਰੇ, ਰੋਟੀ ਪਾਣੀ ਕੇ ਲਈ ਦਿੱਕਤ ਹੈ, ਜਾਏਂਗੇ ਤੋ ਕਿਆ ਖਾਏਂਗੇ ਯਹਾਂ ਪਰ। ਅੱਛਾ, ਠੀਕ ਹੈ। ਮਕਾਨ ਨਾ, ਤੋ ਆਪਕੋ ਕਾਮ ਮਿਲ ਨਹੀਂ ਰਹਾ? ਨਹੀਂ ਮਿਲ ਰਹਾ। ਅੱਛਾ, ਤੋ ਸਰਕਾਰ ਨੇ ਤਾਂ ਬੋਲਾ ਕਿ ਉਹ ਪਹੁੰਚਾ ਰਹੇ ਆ ਰਾਸ਼ਨ, ਕਹਾਂ ਹਮਕੋ ਲੋਗੋਂ ਕੋ ਕੁਛ ਮਿਲ ਨਹੀਂ ਰਹਾ ਹੈ। ਤੋ ਆਪ ਇਸ ਸੇ ਪਹਿਲੇ ਕਹਾਂ ਕਾਮ ਕਰ ਰਹੇ ਥੇ? ਦਿਹਾੜੀ। ਲੁਧਿਆਣਾ ਮੇ? ਅੱਛਾ, ਤੋ ਲੁਧਿਆਣਾ ਸੇ ਯਹਾਂ ਚੰਡੀਗੜ੍ਹ ਕੈਸੇ ਪਹੁੰਚੇ? ਪੈਦਲ ਪੈਦਲ। ਪੈਦਲ? ਕਬ ਚਲੇ ਥੇ ਲੁਧਿਆਣਾ ਸੇ? ਅਰੇ ਹੋ ਗਿਆ, ਹਮਕੋ ਲੋਗੋਂ ਕੋ 3 ਦਿਨ। ਅੱਛਾ, ਤੋ ਆਪ ਵੀ ਇਨਕੇ ਸਾਥ ਹੈ? ਤੋ ਆਪ ਵੀ ਲਖਨਊ ਜਾਏਂਗੇ? ਅੱਛਾ, ਕਿਆ ਕਰੇ ਬੈਠ ਕੇ। ਅੱਛਾ, ਮਿਲ ਨਹੀਂ ਰਹਿਣਾ, ਖਾਣਾ ਨਾ ਪਾਣੀ ਕੁਝ ਮਿਲੇਗਾ ਤਭੀ ਤੋ। ਹਾਂ ਠੀਕ ਹੈ। ਤੋ ਸਰਕਾਰ ਬੋਲ ਰਹੀ ਹੈ ਕਿ ਇਹ ਬਿਮਾਰੀ ਫੈਲ ਜਾਏਗੀ ਐਸੇ ਤੋ, ਇਸ ਲਈ ਤਾਂ ਮੈਂ ਪੈਦਲ ਜਾ ਰਹਾ ਹੂੰ, ਕਿਆ ਕਰੇ, ਭੁੱਖਣ ਮਰੇਗਾ ਅਗਲਾ, ਕੋਈ ਕਾਮ ਵੀ ਨਹੀਂ ਹੋਤਾ। ਅੱਛਾ, ਫਿਰ ਇਸ ਲਈ ਅਗਲਾ ਜਾ ਰਹਾ ਪੈਦਲ। ਤੋ ਆਪ ਲੁਧਿਆਣਾ ਮੈਂ ਕਿਆ ਕਾਮ ਕਰ ਰਹੇ ਥੇ? ਲੁਧਿਆਣਾ ਮੇਰਾ ਦੁਕਾਨ ਥੀ। ਦੁਕਾਨ ਥੀ? ਅੱਛਾ, ਤੋ ਅਭੀ ਆਪ ਨੇ ਘਰ ਵਾਲੋ ਸੇ ਬਾਤ ਕੀ? ਤੋ ਕਿਆ ਬੋਲ ਰਹੇ ਹੈ ਕਿ ਪੈਦਲ ਆ ਜਾਓ? ਫਿਰ ਕਿਆ ਕਰੇਂਗੇ, ਪੈਦਲ ਤੋ ਜਾਣਾ ਪੜੇਗਾ। ਅੱਛਾ, ਪੈਦਲ ਜਾਣਾ ਪੜੇਗਾ, ਠੀਕ ਹੈ। ਤੋ ਅਭੀ ਆਪ ਕੋ ਪਤਾ ਨਹੀਂ ਹੈ ਕਿ ਬਿਮਾਰੀ ਫੈਲ ਜਾਏਗੀ ਇਸ? ਬਿਮਾਰੀ ਫੈਲ ਜਾਏਗੀ, ਲੇਕਿਨ ਯਹਾਂ ਵੀ ਤੋ ਡਰ ਹੈ, ਇਸ ਲਈ ਜਾ ਰਹੇ ਹੈ ਪੈਦਲ ਘਰ, ਕਿਆ ਕਰੇ। ਅੱਛਾ, ਪੈਦਲ ਜਾ ਰਹੇ ਹੈ, ਤੋ ਰਾਸਤੇ ਮੈਂ ਆਪਕੋ ਰਾਸ਼ਨ ਕੀ ਜ਼ਰੂਰਤ ਹੋਗੀ ਔਰ ਚੀਜ਼ੋ ਕੀ ਜ਼ਰੂਰਤ ਹੋਗੀ, ਕਿਆ ਕਰੋਗੇ? ਤੋ ਫਿਰ ਲੇਂਗੇ ਕਹੀਂ ਸੇ, ਅਗਰ ਦੁਕਾਨ ਵੁਕਾਨ ਖੋਲੇਗੀ ਕਹੀਂ ਤੋ ਨਹੀਂ। ਆਪਕੇ ਪਾਸ ਪੈਸਾ ਹੈ ਲੈਣੇ ਕੇ ਲਈ? ਪੈਸੇ ਤੋ ਨਹੀਂ ਹੈ, ਪੈਸੇ ਹੋਤਾ ਤੋ ਯਹੀਂ ਰਹਤੇ ਨਾ। ਅੱਛਾ, ਠੀਕ ਹੈ। ਤੋ ਰਾਸਤੇ ਮੈਂ ਕੈਸੇ ਮਿਲੇਗਾ ਫਿਰ ਰਾਸ਼ਨ? ਅਰੇ ਹੋਗਾ ਕੋਈ ਜੁਗਾੜ, ਕੋਈ ਮਿਲ ਜਾਏਗਾ ਤੋ ਦੇ ਦੇਗਾ ਖਾਣੇ ਪੀਣੇ। ਅੱਛਾ, ਠੀਕ ਹੈ। ਤੋ ਆਪ ਕਿਆ ਕਾਮ ਕਰਤੇ ਥੇ ਵਹਾਂ ਪੇ? ਨਹੀਂ ਠੀਕ ਹੈ, ਆਪ ਬਤਾਈਏ ਤੋ ਸਹੀ ਨਾ, ਆਪਕੀ ਪਰੇਸ਼ਾਨੀ ਜਾਏਗੀ ਕਹੀਂ ਨਾ ਕਹੀਂ, ਅਭੀ ਤਭੀ ਪੁੱਛ ਰਹੇ ਹੈ ਆਪ ਲੋਕ ਪਰੇਸ਼ਾਨ ਹੋ ਤੋ ਪਰੇਸ਼ਾਨੀ ਦੂਰੀ ਕਰਨੇ ਕੇ ਲਈ ਪੁੱਛ ਰਹੇ ਹੈ। ਨਹੀਂ ਨਹੀਂ, ਹਮ ਲੋਕੋਂ ਕਾ ਅਭੀ ਤੋ ਹੋਤਾ ਹੈ ਨਾ ਰੋਲ, ਠੀਕ ਹੈ, ਲੈ ਲੀਜੀਏਗਾ, ਕੋਈ ਬਾਤ ਨਹੀਂ ਹੈ, ਐਸਾ ਥੋੜੀ ਐਸਾ ਐਸਾ ਐਸੀ ਬੁਰੀ ਐਸਾ ਥੋੜੀ, ਯੇ ਲੀਜੀਏ, ਕੋਈ ਬਾਤ ਨਹੀਂ ਹੈ, ਯੇ ਲੀਜੀਏ, ਠੀਕ ਹੈ। ਦੇਖੀਏ ਮੇਰੇ ਪਾਸ ਇਤਨਾ ਹੀ ਹੈ ਅਭੀ, ਤੋ ਆਪ ਲੈ ਲੀਜੀਏਗਾ, ਕੋਈ ਦਿੱਕਤ ਨਹੀਂ ਹੈ, ਠੀਕ ਹੈ, 100 ਰੁਪਿਆ ਲੈ ਲੇਗਾ, ਠੀਕ ਹੈ, 100-50 ਲੈ ਲੇਂਗੇ ਫਿਰ। ਹਾਂ ਠੀਕ ਹੈ, ਠੀਕ ਹੈ, 50-50 ਲੈਣਾ ਹੈ ਆਪ, ਠੀਕ ਹੈ, ਸਾਥੀ ਨਹੀਂ ਹੈ, ਅੱਛੀ ਬਾਤ ਦੇਣਾ ਸਰ ਕੋ ਸਰ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ, ਅਭੀ ਅਭੀ ਤੋ ਆਪਕੋ ਭਰੋਸਾ ਹੋ ਗਿਆ ਨਾ, ਤੋ ਠੀਕ ਹੈ, ਆਸ਼ੀਰਵਾਦ ਆਪਕਾ, ਹਾਂ ਅੱਛੇ ਅੱਛੇ ਸੇ ਜਾਈਏਗਾ, ਠੀਕ ਹੈ, ਆਸ਼ੀਰਵਾਦ ਬਸ ਗੁਰੂ ਗੋਬਿੰਦ ਕਾ ਹੈ।
हाँ हाँ गुरु गोविंद का है तो आपको लंगर भी मिल जाएगा रास्ते में। हाँ बस गुरु गोविंद के भरोसा है, वो ही देंगे जो भी कुछ देना है। ठीक है ठीक है, तो अच्छे से जाइएगा दोस्तों। ठीक है, आशीर्वाद गुरु गोविंद। थैंक यू। सो इस तरह से देखिए दोस्तों, एक ये जा रहे हैं लोग, इन्हें लखनऊ पहुंचना हैगा। तो लखनऊ देख लो इतों किन्नी दूर हैगा, तो ये लुधियाने तो तुरे ने, तो 10-15 दिन इन्हों के कहण का मतलब हैगा कि 10-15 दिनों के पहुंचे। तो ठीक है, सो इस तरह दियाँ जिहड़ियां परेशानियां ने कोरोना वायरस के नाल, एक ये भी पक्ष हैगा, तो ये पक्ष नूं देखिया जाना चाहिए। धन्यवाद।